ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਆਪਾਂ ਬਣਾਉਣ ਲੱਗ ਰਹੇ ਹਾਂ ਪਾਲਕ ਦੀ ਪਨੀਰ ਪਾਲਕ ਪਨੀਰ ਬਣਾਉਣ ਵਾਸਤੇ ਮੈਂ ਲੈ ਕੇ ਆਈ ਸੀ 1 ਕਿਲੋ ਬੇਬੀ ਸਪਿਨਚ ਸੋ ਸਭ ਤੋਂ ਪਹਿਲਾਂ ਮੈਂ ਅੱਧਾ ਕਿਲੋ ਲੈ ਲਈ ਅੱਧਾ ਕਿਲੋ ਬੇਬੀ ਸਪਿਨਚ ਨੂੰ ਮੈਂ ਪਾਲਕ ਨੂੰ ਚੰਗੀ ਤਰ੍ਹਾਂ ਵਾਸ਼ ਕੀਤਾ ਵਾਸ਼ ਕਰਨ ਤੋਂ ਬਾਅਦ ਮੈਂ ਇਧਰਲੀ ਸਾਈਡ ਦੇ ਉੱਤੇ ਕੁੱਕਰ ਦੇ ਵਿੱਚ ਪਾਣੀ ਪਾ ਕੇ ਰੱਖ ਲਿਆ ਸੀਗਾ ਤੇ ਇਹ ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਪਾ ਦਾਂਗੇ ਇਸ ਕੁੱਕਰ ਦੇ ਵਿੱਚ ਆਪਦੇ ਜਣੇ ਮੈਂ ਬਹੁਤ ਪਾਲ ਕਪਾਈ ਆ ਪਰ ਇਹ ਪਿਚਕ ਕੇ ਥੋੜੀ ਜੀ ਬਣ ਜੂਗੀ ਤੇ ਇਹਨੂੰ 5-7 ਮਿੰਟ ਤੱਕ ਆਪਾਂ ਇਹਨੂੰ ਕੁੱਕ ਹੋਣ ਦੇਵਾਂਗੇ ਤੇ ਕੁੱਕ ਹੋਣ ਤੋਂ ਬਾਅਦ ਆਪਾਂ ਦੇਖਾਂਗੇ ਜੇ ਇਹ ਪਾਲਕ ਹਨ ਜਿਹੜੀ ਇਹ ਪਿਚਕ ਕੇ ਬਿਲਕੁਲ ਥੋੜੀ ਜੀ ਬਣ ਜਾਣੀ ਹੈਗੀ ਸੋ ਹੁਣ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਆਪਣੀ ਪਾਲਕ ਜਿਹੜੀ ਇਹ ਪਿਚਕ ਕੇ ਥੋੜੀ ਜੀ ਬਣ ਗਈ ਹੂੰ ਹੁਣ ਕੀ ਹੈ ਹੁਣ ਆਪਾਂ ਜਿਹੜੀ ਪਾਲਕਾ ਕੁੱਕਰ ਨੂੰ ਲੱਖ ਦਾਂਗੇ ਸਾਈਡ ਤੇ ਇਧਰ ਆਪਾਂ ਇਹਦੀ ਤੜਕੇ ਦੀ ਤਿਆਰੀ ਸ਼ੁਰੂ ਕਰ ਦਨੇ ਆ ਇਹਨੂੰ ਤੜਕਾ ਲਾਉਣ ਵਾਸਤੇ ਆਪਾਂ ਪਾ ਲੈਨੇ ਆ ਪੈਨ ਦੇ ਵਿੱਚ ਥੋੜਾ ਜਿਹਾ ਤੇਲ ਤੇਲ ਨੂੰ ਥੋੜਾ ਜਿਹਾ ਗਰਮ ਕਰਨ ਤੋਂ ਬਾਅਦ ਆਪਾਂ ਪਾ ਲੈਨੇ ਆ ਦੀ ਵਿੱਚ ਥੋੜਾ ਜਿਹਾ ਜੀਰਾ ਸਬਜ਼ੀ ਨਾਲ ਪਾ ਲੈਨੇ ਆ ਜੀਰਾ ਜੀਰਾ ਪਾਉਣ ਤੋਂ ਬਾਅਦ ਆਪਾਂ ਇਹਨੂੰ ਜੀਰੇ ਨੂੰ ਉਨੀ ਕੀ ਦੇਲੇ ਤੱਕ ਕੁੱਕ ਕਰ ਲੈਨੇ ਆ ਜਿੰਨੀ ਕੀ ਦੇਰ ਇਹ ਥੋੜੀ ਜੀ ਸੋਹਣੀ ਜੀ ਖੁਸ਼ਬੂ ਨਾ ਦੇਣ ਲੱਗ ਜੀ ਜਦੋਂ ਖੁਸ਼ਬੂ ਦੇਣ ਲੱਗ ਗਿਆ ਫਿਰ ਆਪਾਂ ਇਹਦੇ ਵਿੱਚ ਪਾ ਦਨੇ ਆ ਕੱਟੇ ਹੋਏ ਆਦਰਕ ਤੇ ਲਸਣ ਜਦੋਂ ਲਸਣ ਤੇ ਆਦਰਕ ਕੁੱਕ ਹੋ ਜਾਂਦੇ ਨੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੋ ਪਿਆਜ਼ ਵੀ ਐਡ ਕਰ ਦਿੱਤੇ ਪਿਆਜ਼ ਨੂੰ ਥੋੜਾ ਜਿਹਾ ਕੁੱਕ ਕਰਕੇ ਫਿਰ ਆਪਾਂ ਇਹਦੇ ਵਿੱਚ ਟਮਾਟਰ ਵੀ ਪਾ ਦਿੱਤੇ ਹੁਣ ਆਪਾਂ ਇਹਨਾਂ ਸਾਰੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਿ ਮਿਕਸ ਵੀ ਕਰਾਂਗੇ ਤੇ ਕੁੱਕ ਵੀ ਕਰਾਂਗੇ ਤਾਂ ਓਨੀ ਦੇਰ ਤੱਕ ਕੁੱਕ ਕਰਦੇ ਜਾਵਾਂਗੇ ਜਦੋਂ ਤੱਕ ਇਹਨਾਂ ਦਾ ਰੰਗ ਹੈ ਨਾ ਜਿਹੜਾ ਸੁਨੇਰੀ ਨਾ ਹੋ ਜਾਵੇ ਜਦੋਂ ਇਹਨਾਂ ਦਾ ਰੰਗ ਸੁਨੇਰੀਆ ਹੋ ਗਿਆ ਤੇ ਇਹ ਫਿਰ ਕਿ ਹੋ ਜਾ ਛੱਡਣ ਲੱਗ ਜਾਣਗੇ ਤੇ ਫਾਈਨਲੀ ਮੈਂ ਤਿੰਨ ਹਰੀਆਂ ਮਿਰਚਾਂ ਕੱਟ ਰੱਖੀਆਂ ਨੇ ਹੁਣ ਮੈਂ ਪਾ ਦਿੰਦੀ ਜਿਹਦੇ ਵਿੱਚ ਤਿੰਨ ਹਰੀਆਂ ਮਿਰਚਾਂ ਆਪਾਂ ਚਲੋ ਜੀ ਆਪਾਂ ਪਾ ਦਿੰਦੀਆਂ ਤਿੰਨ ਕੱਟੀਆਂ ਹੋਈਆਂ ਹਰੀਆਂ ਮਿਰਚ ਹਰੀਆਂ ਮਿਰਚਾਂ ਪਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਦੁਬਾਰੇ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਆ ਅੱਪਾ ਕੀਤਾ ਹੋਣਾ ਇਹਨੂੰ ਚੰਗੀ ਤਰ੍ਹਾਂ ਮਿਕਸ ਹੁਣ ਆਪਾਂ ਇਸ ਮਸਾਲਾ ਲੈ ਨੂੰ ਥੋੜੀ ਦੇਰ ਕੁੱਕ ਕਰੀ ਚੱਲੋ ਜਿੰਨੀ ਦੇਰ ਹੀ ਕਿਉਂ ਨਾ ਛੱਡ ਜਾਈ ਜਦੋਂ ਆਪਾਂ ਨੂੰ ਲੱਗਿਆ ਵੀ ਮਸਾਲਾ ਕਿ ਹੋ ਜਾ ਛੱਡਣ ਲੱਗ ਗਿਆ ਇਧਰਲੇ ਪਾਸੇ ਮੇਰੇ ਪਾਸੇ ਜਿਹੜੇ ਨਾ ਮੈਂ ਪਾਲਕ ਨੂੰ ਉਬਾਲ ਕੇ ਰੱਖਿਆ ਸੀਗਾ ਮੈਂ ਸੋਚਿਆ ਗ੍ਰਾਈਂਡਰ ਦੇ ਨਾਲ ਇਹਨੂੰ ਪੀਸ ਲੈਣੀ ਹੈ ਇਹਨੂੰ ਗ੍ਰਾਈਂਡਰ ਦੇ ਨਾਲ ਆਪਾਂ ਲਿਆ ਚੰਗੀ ਤਰ੍ਹਾਂ ਪੀਸ ਇਹਨੂੰ ਪੀਸਣ ਤੋਂ ਬਾਅਦ ਆਪਾਂ ਕਰ ਦਿੱਤਾ ਸਾਈਡ ਤੇ ਦੂਜੇ ਪਾਸੇ ਰੱਖਿਆ ਹੋਇਆ ਜਿਹੜਾ ਆਪਣਾ ਮਸਾਲਾ ਇੰਨੀ ਚਿਰ ਚੋ ਵੀ ਬਣ ਕੇ ਤਿਆਰ ਹੋ ਗਿਆ ਆ ਆਪਣਾ ਮਸਾਲਾ ਜਿਹੜਾ ਉਹ ਵੀ ਬਣ ਕੇ ਹੋ ਪਾਈ ਤਿਆਰ ਹੋ ਗਿਆ ਆਪਾਂ ਐਡ ਕਰ ਦਨੇ ਆ ਇਹਦੇ ਵਿੱਚ ਮਸਾਲੇ ਜਿੱਦਾਂ ਕਿ ਲਾਲ ਮਿਰਚ ਹੋ ਗਈ ਲੂਨ ਹੋ ਗਿਆ ਇਹ ਆ ਸਾਰੀਆਂ ਚੀਜ਼ਾਂ ਆਪਾਂ ਆਪਣੇ ਹਿਸਾਬ ਨਾਲ ਪਾ ਲੈਣੀਆਂ ਜਿੰਨਾ ਕ ਆਪਾਂ ਪਾਲਕ ਦੇ ਪਨੀਰ ਲਾਵਾਂਗੇ ਉਸ ਹਿਸਾਬ ਦੇ ਨਾਲ ਐਡ ਕਰ ਲਾਂਗੇ ਮਸਾਲੇ ਮੈਂ ਬਾਅਦੇ ਦੋ ਚਮਚੇ ਲੂਣ ਦੇ ਤੇ ਉਸ ਤੋਂ ਬਾਅਦ ਮੈਂ ਇੱਕ ਚਮਚਾ ਹਲਦੀ ਦਾ ਐਡ ਕਰ ਦੂੰਗੀ ਇਹਦੇ ਵਿੱਚ ਥੋੜੀ ਜੀ ਹੋਰ ਪਾ ਦੇਣੀ ਆ ਰੰਗ ਆ ਚੰਗਾ ਜਿਹਾ ਰੰਗ ਆ ਜਾਊਗਾ ਪਨੀਰ ਪਾਲਕ ਪਨੀਰ ਚਲੋ ਜੀ ਮੈਂ ਇਹ ਸਾਰੇ ਮਸਾਲੇ ਐਡ ਕਰਕੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੂੰਗੀ ਮੈਨੂੰ ਲੱਗਦਾਗਾ ਇਹਨੂੰ ਥੋੜੇ ਜਿਹੀ ਪਾਣੀ ਦੀ ਵੀ ਲੋੜ ਹੈਗੀ ਸੋ ਮੈਂ ਕੱਪ ਦੇ ਵਿੱਚ ਘੁੱਟਕ ਪਾਣੀ ਲੈ ਕੇ ਇਹਦੇ ਵਿੱਚ ਪਾ ਦੂੰਗੀ ਪਾਣੀ ਪਾਉਣ ਦੇ ਨਾਲ ਕੀ ਹੁੰਦਾ ਨਾ ਜਿਹੜੇ ਇਹ ਆਪਣੇ ਮਸਾਲੇ ਹੁੰਦੇ ਨੇ ਕਿ ਚੰਗੀ ਤਰ੍ਹਾਂ ਕੁੱਕ ਹੋ ਜਾਂਦੇ ਨੇ ਕਿ ਨਹੀਂ ਇਹ ਮਸਾਲਿਆਂ ਦੀ ਹੋਂਕ ਹੋਉਂਦੀ ਰਹੂਗੀ ਪਾਲਕ ਦੇ ਵਿੱਚੋਂ ਅ ਚਲੋ ਜੀ ਆਪਾਂ ਕੱਪ ਦੇ ਵਿੱਚ ਥੋੜਾ ਜਿਹਾ ਪਾਣੀ ਲੈ ਕੇ ਥੋੜਾ ਜਿਹਾ ਪਾਣੀ ਐਡ ਕਰ ਦਿੰਨੇ ਆ ਤਾਂ ਜੋ ਇਹ ਮਸਾਲੇ ਨੇ ਪੂਰੀ ਤਰ੍ਹਾਂ ਪੱਕ ਜਾਣਗੇ ਇਹਦੇ ਵਿੱਚ ਜਿਵੇਂ ਆਪਾਂ ਹਲਦੀ ਕੀਤੀ ਆ ਐਡ ਮਿਰਚਾਂ ਲੂਣ ਜੋ ਵੀ ਐਡ ਕੀਤਾ ਆਪਾਂ ਮਸਾਲੇ ਉਹ ਚੰਗੀ ਤਰ੍ਹਾਂ ਪੱਕ ਜਾਣਗੇ ਚਲੋ ਇਹ ਦੋਵਾਂ ਸਾਰਾ ਕੁਝ ਐਡ ਕਰਨ ਤੋਂ ਬਾਅਦ ਥੋੜਾ ਜਿਹਾ ਪਾਣੀ ਹੋਰ ਪਾ ਦੇਣੀ ਹੈ ਮੈਨੂੰ ਲੱਗਦਾ ਸਬਜ਼ੀ ਨਾਲ ਪਾ ਦੂ ਦੇਖੀ ਸਾਬ ਵੀ ਨਾਲ ਪਾਣੀ ਪਾ ਕੇ ਚੰਗੀ ਤਰ੍ਹਾਂ ਇਹਨੂੰ ਫੇਰ ਆਪਾਂ ਹਲਾ ਦਿੰਨੇ ਆਂਗੇ ਮਿਕਸ ਕਰ ਦਿੰਨੇ ਆਗੇ ਹੁਣ ਆਪਾਂ ਦੇਖੋ ਇਹ ਸਾਰੇ ਮਸਾਲੇ ਨੂੰ 10-15 ਮਿੰਟ ਤੱਕ ਕੁੱਕ ਕਰਦੇ ਆਂ ਜਿੰਨੀ ਦੇਰ ਤੱਕ ਇਹ ਤੇਲ ਨਾ ਛੱਡ ਜੀ ਹੁਣ ਮੈਨੂੰ ਲੱਗਦਾ ਮੇਰਾ ਮਸਾਲਾ ਨਾ ਜਿਹੜਾ ਤੇਲ ਛੱਡ ਗਿਆ ਕੁੱਕ ਹੋ ਗਿਆ ਪੂਰੀ ਤਰ੍ਹਾਂ ਮੇਰੇ ਕੋਲੇ ਕੱਟੇ ਹੋਏ ਸੀ ਪਨੀਰ ਦੇ ਟੁਕੜੇ ਮੈਂ ਪਾ ਦੱਤੇ ਉਹੋ ਹੀ ਦੇ ਵਿੱਚ ਚਲੋ ਜੀ ਇਹ ਪਨੀਰ ਦੇ ਟੁਕੜੇ ਪਾਉਣ ਤੋਂ ਬਾਅਦ ਮੈਨੂੰ ਫੇਰ ਥੋੜਾ ਜਿ ਇਹਨੂੰ ਕੁੱਕ ਕਰਨ ਦੀ ਲੋੜ ਹੈਗੀ ਇਸ ਲਈ ਮਸਾਲੇ ਦੇ ਵਿੱਚ ਪਨੀਰ ਦੇ ਕੁ ਟੁਕੜੇ ਕੁੱਕ ਇਸ ਲਈ ਕੀਤੇ ਜਾਂਦੇ ਨੇ ਤਾਂ ਜੋ ਪਨੀਰ ਦੇ ਟੁਕੜੇ ਨਹੀਂ ਜਿਹੜੇ ਥੋੜੇ ਸੌਫਟ ਹੋ ਜਾਂਦੇ ਨੇਗੇ ਨਹੀਂ ਜੇ ਆਪਾਂ ਬਿਲਕੁਲ ਓਵੇਂ ਹੀ ਇਹਨੂੰ ਐਡ ਕਰਦੇ ਹਾਂ ਨਾ ਫਿਰ ਇਹ ਉਸੇ ਤਰ੍ਹਾਂ ਹਾਰਡ ਰਹਿੰਦੇ ਨੇਗੇ ਜਦੋਂ 2-4 ਮਿੰਟ ਇਹਨੂੰ ਕੁੱਕ ਕਰਨ ਤੋਂ ਬਾਅਦ ਇਹਦੇ ਵਿੱਚ ਮਸਾਲਾ ਵੀ ਵਧੀਆ ਭਰਿਆ ਜਾਂਦਾ ਹੈਗਾ ਔਰ ਇਹ ਥੋੜੇ ਸੌਫਟ ਹੋ ਜਾਂਦੇ ਨੇਗੇ ਹੁਣ ਫਿਰ ਮੈਂ ਇਹਨੂੰ ਕੁੱਕ ਕਰੂੰਗੀ ਦੁਬਾਰੇ 2-3 ਮਿੰਟ ਹੁਣ ਫਿਰ ਉਹ ਨਹੀਂ ਦੇਰ ਤੱਕ ਕੁੱਕ ਕਰੂੰਗੀ ਜਿੰਨੀ ਦੇਰ ਤੱਕ ਇਹ ਹੀ ਕਿਉਂ ਨਹੀਂ ਛੱਡ ਜਾਂਦਾ ਸੋ ਲੋਜੀ ਮੈਨੂੰ ਲੱਗਦਾ ਹੁਣ ਜਿਹੜਾ ਮੇਰਾ ਮਸਾਲਾ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਇਹ ਆਪਾਂ ਦੇਖ ਸਕਦੇ ਹਾਂ ਕਿਓ ਛੱਡ ਗਿਆ ਕਿਓ ਛੱਡ ਗਿਆ ਮਤਲਬ ਤਿਆਰ ਹੋ ਗਿਆ ਹੁਣ ਦੂਜੇ ਪਾਸੇ ਆਪਣੇ ਕੋਲੇ ਜਿਹੜੀ ਪੀਸੀ ਹੋਈ ਪਾਲਕ ਪਈਆ ਉਹ ਐਡ ਕਰ ਦਿੰਨੇ ਆਪਾਂ ਇਹਦੇ ਵਿੱਚ ਜੀ ਲੋਜੀ ਆਪਾਂ ਕਰ ਦਿੰਨੇ ਆ ਪੀਸੀ ਹੋਈ ਪਾਲਕ ਨੂੰ ਐਡ ਆਪਣੇ ਮਸਾਲੇ ਦੇ ਵਿੱਚ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਕਰ ਦਿੰਨੇ ਆ ਮਿਕਸ ਪਾਲਕ ਕੁੱਕਰ ਦੇ ਨਾਲ ਹਲੇ ਵੀ ਲੱਗੀ ਪਈ ਹੈਗੀ ਆਪਾਂ ਨਹੀਂ ਨਹੀਂ ਇਦਾਂ ਤਾਂ ਛੱਡ ਨਹੀਂ ਸਕਦੇ ਕੁੱਕਰ ਦੇ ਵਿੱਚ ਪਾਣੀ ਪਾ ਕੇ ਦੁਬਾਰੇ ਫੇਰ ਥੋੜਾ ਜਿਹਾ ਪਾ ਦਾਂਗੇ ਹੁਣ ਕੀ ਦੇਖੋ ਆਪਾਂ ਜਿਹੜਾ ਪਾਲਕ ਪਨੀਰ ਸੀਗਾ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਹੈਗੇ ਔਰ ਫੇਰ ਥੋੜਾ ਜਿਹਾ ਕੁੱਕਰ ਦੇ ਵਿੱਚ ਪਾਣੀ ਲੈਨੇ ਆ ਤੇ ਫੇਰ ਉਹਨੂੰ ਪਾਲਕ ਪਨੀਰ ਦੇ ਵਿੱਚ ਥੋੜਾ ਜਿਹਾ ਪਾਣੀ ਇਹਨੂੰ ਐਸੀ ਵੀ ਲੋਡ ਹੈ ਕਿਉਂਕਿ ਅਦਰਵਾਇਸ ਨਹੀਂ ਇਹ ਬਹੁਤ ਜ਼ਿਆਦਾ ਥਿੱਕ ਹੋ ਜਾਊਗੀ ਤੇ ਇਹ ਥੋੜਾ ਜਿਹਾ ਮਤਲਬ ਨਾ ਜ਼ਿਆਦਾ ਥਿੱਕ ਹੋਣੀ ਚਾਹੀਦੀ ਹੈ ਤੇ ਨਾ ਹੀ ਪਤਲੀ ਹੋਣੀ ਚਾਹੀਦੀ ਹੈ ਤਾਂ ਸਵਾਦ ਲੱਗਦੀ ਹੈ ਵਧੀਆ ਲੱਗਦੀ ਹੈ ਸੋ ਮੈਂ ਥੋੜਾ ਜਿਹਾ ਪਾਣੀ ਐਡ ਕਰ ਦਿੱਤਾ ਕਿਉਂਕਿ ਇਸ ਤੋਂ ਬਾਅਦ ਆਪਾਂ ਕੀ ਕਰਨਾਗਾ ਇਹਨੂੰ 5-7 ਮਿੰਟ ਤੱਕ ਹੋਰ ਪਕਾਉਣਾਗਾ ਇਸ ਲਈ ਥੋੜਾ ਜਿਹਾ ਪਾਣੀ ਐਡ ਕਰਨਾ ਇਹਦੇ ਵਿੱਚ ਜ਼ਰੂਰੀ ਹੈਗਾ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲੈਨੇ ਆ ਮਿਕਸ ਹੁਣ ਢੱਕਣ ਲੱਭੋ ਇਹਦਾ ਢੱਕਣ ਜਿਹੜੇ ਪਾਸੇ ਪਿਆਗਾ ਹਾਂਜੀ ਚਲੋ ਜੀ ਆਪਾਂ ਇਹਨੂੰ ਹੁਣ ਢੱਕਣ ਦੇ ਨਾਲ ਢਾਕ ਦੇ ਦਿੰਨੇ ਆਂਗੇ 5-7 ਮਿੰਟ ਤੱਕ ਇਹਨੂੰ ਆਪਾਂ ਕੁੱਕ ਹੋਣ ਦਿੰਨੇ ਆ ਇਹਨੂੰ ਢਕਣਾ ਜ਼ਰੂਰੀ ਹੁੰਦਾਗਾ ਨਹੀਂ ਤਾਂ ਨਹੀਂ ਬਾਹਰ ਨਿਕਲ ਨਿਕਲ ਪੈਂਦੀ ਆ ਤੇ ਛਿੱਟੇ ਪੈਂਦੇ ਨਹੀਂਗੇ ਇਸ ਲਈ ਸੋ ਇਹਨੂੰ ਢੱਕ ਦੇਣਾ ਜ਼ਰੂਰੀ ਆ 5-7 ਮਿੰਟ ਤੱਕ ਲਓ ਜੀ ਹੁਣ ਆਪਣੀ ਪਾਲਕ ਪਨੀਰ ਆ ਜਿਹੜਾ ਬਣ ਕੇ ਤਿਆਰ ਹੈਗਾ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕਰੂੰਗੀ ਕਰੀਮ ਥਿੱਕ ਕਰੀਮ ਥਿੱਕ ਕਰੀਮ ਐਡ ਕਰਨ ਨਾਲ ਕੀ ਹੁੰਦਾ ਪਾਲਕ ਪਨੀਰ ਦਾ ਜਿਹੜਾ ਕਲਰ ਹੁੰਦਾ ਨਾ ਰੰਗ ਸੋਨਾ ਹੋ ਜਾਂਦਾ ਹੈਗਾ ਮਤਲਬ ਡਿਪੈਂਡ ਕਰਦਾ ਹੈਗਾ ਪਰ ਮੈਂ ਹਮੇਸ਼ਾ ਐਡ ਕਰਦੀ ਆ ਕਿ ਮੈਨੂੰ ਵਧੀਆ ਲੱਗਦਾ ਹੈਗਾ ਐਡ ਕਰਨਾ ਮੈਂ ਇਹਦੇ ਵਿੱਚ ਵੀ ਐਡ ਕਰਦੀ ਆ ਮੈਂ ਸਾਗ ਬਣਾਉਣੀ ਆ ਜਦੋਂ ਉਹਦੇ ਵਿੱਚ ਵੀ ਥੋੜੀ ਜੀ ਥਿੱਕ ਕਰੀਮ ਐਡ ਕਰਦੀ ਆ ਕਿਉਂਕਿ ਮੈਨੂੰ ਜ ਮਤਲਬ ਥਿੱਕ ਕਰੀਮ ਦਾ ਜਿਹੜਾ ਟੇਸਟ ਹੁੰਦਾ ਹੈਗਾ ਉਹ ਅਲੱਗ ਹੀ ਹੁੰਦਾ ਹੈਗਾ ਇਹ ਹੋਰ ਵੀ ਟੇਸਟੀ ਬਣਾ ਦਿੰਦੀ ਹੈਗੀ ਚਲੋ ਜੀ ਇਸ ਤੋਂ ਬਾਅਦ ਜਿਹੜਾ ਮੇਰਾ ਪਾਲਕ ਤੇ ਪਨੀਰ ਹੈਗਾ ਇਹ ਪਣਕੇ ਪੂਰੀ ਤਰ੍ਹਾਂ ਤਿਆਰ ਹੈਗਾ ਸੋ ਜੀ ਆਪਾਂ ਜੰਮ ਨਹੀਂ ਬਸ ਇਹ ਹੋਰ ਇਹਨੂੰ ਜ਼ਿਆਦਾ ਸੇਕ ਲਵਾਉਣ ਦੀ ਲੋੜ ਨਹੀਂ ਹੈਗੀ ਹੁਣ ਇਹਨੂੰ ਆਪਾਂ ਟਾਕ ਦਿੰਨੇ ਹੈਗੀ ਸੋ ਚਲੋ ਜੀ ਮੇਰਾ ਪਾਲਕ ਪਨੀਰ ਬਣ ਕੇ ਤਿਆਰ ਆ ਪੂਰੀ ਤਰ੍ਹਾਂ ਜੇ ਮੇਰੀ ਤੁਹਾਨੂੰ ਵੀਡੀਓ ਵਧੀਆ ਲੱਗੀ ਸੋ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਹੋਰ ਵੀ ਇਦਾਂ ਦੀਆਂ ਵਧੀਆ-ਵਧੀਆ ਵੀਡੀਓਜ਼ ਦੇਖਣ ਵਾਸਤੇ ਤਦ ਤੱਕ ਦਿਓ ਆਪਾਂ ਨੂੰ ਇਜਾਜ਼ਤ ਥੈਂਕ ਯੂ ਸੋ ਮਚ